ਸ਼੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਹੋਣ ਵਾਲੇ ਗੁਰਬਾਣੀ ਕੀਰਤਨ ਦਾ ਇੱਕ ਨਿੱਜੀ ਚੈਨਲ ਦੇ ਵੱਲੋਂ ਪ੍ਰਸਾਰਣ ਕੀਤਾ ਜਾਂਦਾ ਹੈ। ਇਸ ਦੇ ਵਿੱਚ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਤੋਂ ਇਲਾਵਾ ਹੁਕਮਨਾਮਾ ਸਾਹਿਬ ਵੀ ਪ੍ਰਸਾਰਿਤ ਹੁੰਦਾ ਹੈ। ਹੁਣ ਇਸ ਮਾਮਲੇ ਦੇ ਉੱਤੇ ਵਿਵਾਦ ਛਿੜ ਗਿਆ। ਜੇਕਰ ਇਸ ਮਾਮਲੇ ਨੂੰ ਪੂਰਨ ਤੌਰ 'ਤੇ ਸਮਝਣਾ ਹੈ ਤਾਂ ਇਸ ਮਾਮਲੇ ਦਾ ਤਕਨੀਕੀ ਪੱਖ ਸਾਨੂੰ ਪਤਾ ਹੋਣਾ ਚਾਹੀਦਾ ਹੈ। ਦਰਅਸਲ ਕਈ ਵੈੱਬ ਚੈਨਲਾਂ ਦੇ ਵੱਲੋਂ ਸਵੇਰ ਵੇਲੇ ਸ਼੍ਰੀ ਦਰਬਾਰ ਸਾਹਿਬ ਤੋਂ ਆਉਣ ਵਾਲੇ ਹੁਕਮਨਾਮਾ ਸਾਹਿਬ ਨੂੰ ਆਪਣੇ ਵੈੱਬ ਚੈਨਲਾਂ ਦੇ ਉੱਤੇ ਹੂਬਹੂ ਪ੍ਰਸਾਰਿਤ ਕਰ ਦਿੱਤਾ ਜਾਂਦਾ ਹੈ, ਜਿਸ ਦੀ ਆਵਾਜ਼ ਉਹੀ ਹੁੰਦੀ ਹੈ, ਬਸ਼ਰਤੇ ਉਸਦੇ ਗ੍ਰਾਫਿਕਸ ਨੂੰ ਹਰ ਇੱਕ ਚੈਨਲ ਆਪਣੇ ਤੌਰ ਦੇ ਉੱਤੇ ਬਣਾ ਲੈਂਦਾ। ਪਰ ਸਵਾਲ ਉਸ ਵੇਲੇ ਖੜ੍ਹੇ ਹੁੰਦੇ ਨੇ ਜਦੋਂ ਕਿ ਉਸ ਹੁਕਮਨਾਮਾ ਸਾਹਿਬ ਦੇ ਉੱਤੇ ਕਾਪੀਰਾਈਟ ਕਲੇਮ ਕੀਤਾ ਜਾਂਦਾ ਹੈ, ਜਿਸ ਦੇ ਨਾਲ ਕਿ ਜਿੱਥੇ ਉਸ ਹੁਕਮਨਾਮਾ ਸਾਹਿਬ ਦੇ ਉੱਤੇ ਨਿੱਜੀ ਰਾਈਟ ਦਾ ਦਾਅਵਾ ਕੀਤਾ ਜਾਂਦਾ, ਬਲਕਿ ਉਸ ਵੈੱਬ ਚੈਨਲ ਦੇ ਉੱਤੇ ਵੀ ਅਸਰ ਹੁੰਦਾ। ਜੇਕਰ ਕਿਸੇ ਚੈਨਲ ਦੇ ਉੱਤੇ 3 ਵਾਰ ਸਟ੍ਰਾਈਕ ਆ ਜਾਂਦੀ ਹੈ ਤਾਂ ਉਸ ਚੈਨਲ ਨੂੰ ਯੂਟਿਊਬ ਬੰਦ ਵੀ ਕਰ ਦਿੰਦਾ। ਸੋ ਜੇਕਰ ਇਸ ਪੂਰੀ ਪ੍ਰਕਿਰਿਆ ਨੂੰ ਸਮਝਣਾ ਹੈ ਤਾਂ ਸਾਨੂੰ ਇਸ ਦੇ ਤਕਨੀਕੀ ਪਹਿਲੂ ਨੂੰ ਵੀ ਸਮਝਣਾ ਪਵੇਗਾ। ਹੁਣ ਤੁਹਾਨੂੰ ਸਮਝਾਉਂਦੇ ਹਾਂ ਇਸ ਦਾ ਤਕਨੀਕੀ ਪੱਖ। ਦਰਅਸਲ ਜਦੋਂ ਵੀ ਕਿਸੇ ਵੀਡੀਓ ਨੂੰ ਸਭ ਤੋਂ ਪਹਿਲਾਂ ਕੋਈ ਯੂਟਿਊਬ ਚੈਨਲ ਅਪਲੋਡ ਕਰਦਾ ਹੈ ਤਾਂ ਯੂਟਿਊਬ ਉਸ ਚੈਨਲ ਨੂੰ ਇੱਕ ਸਟੈਂਡਰਡ ਲਾਇਸੈਂਸ ਮੁਹੱਈਆ ਕਰਵਾਉਂਦਾ ਹੈ, ਜਿਸ ਦੇ ਤਹਿਤ ਜੇਕਰ ਕੋਈ ਉਸ ਵੀਡੀਓ ਨੂੰ ਦੁਬਾਰਾ ਤੋਂ ਅਪਲੋਡ ਕਰਦਾ ਤਾਂ ਉਸ ਪਹਿਲਾਂ ਵਾਲੇ ਚੈਨਲ ਨੂੰ ਇਹ ਅਧਿਕਾਰ ਹੁੰਦਾ ਕਿ ਉਸ ਵੀਡੀਓ ਦੇ ਉੱਤੇ ਕਾਪੀਰਾਈਟ ਦੇ ਤਹਿਤ ਉਸਨੂੰ ਦੁਬਾਰਾ ਪਾਉਣ ਵਾਲੇ ਚੈਨਲ ਦੇ ਉੱਤੇ ਸਟ੍ਰਾਈਕ ਦਿੱਤੀ ਜਾ ਸਕਦੀ ਹੈ। ਦਰਅਸਲ ਸਟ੍ਰਾਈਕ ਕਾਪੀਰਾਈਟ ਕਲੇਮ ਦਾ ਹੀ ਇੱਕ ਪਹਿਲੂ ਹੈ, ਜਿਸ ਦੇ ਤਹਿਤ ਜੇਕਰ ਕਿਸੇ ਚੈਨਲ ਨੂੰ ਸਟ੍ਰਾਈਕ ਦਿੱਤੀ ਜਾਂਦੀ ਹੈ ਤਾਂ ਉਸ ਚੈਨਲ ਨੂੰ ਮਜਬੂਰਨ ਉਸ ਵੀਡੀਓ ਨੂੰ ਹਟਾਉਣਾ ਤਾਂ ਪੈਂਦਾ ਹੀ ਹੈ, ਬਲਕਿ ਉਹਨਾਂ ਨੂੰ ਯੂਟਿਊਬ ਦੀਆਂ ਕਮਿਊਨਿਟੀ ਗਾਈਡਲਾਈਨਸ ਦੀਆਂ ਉਲੰਘਣਾ ਕਰਨ ਦੇ ਉੱਤੇ ਉਸਦਾ ਨੁਕਸਾਨ ਵੀ ਭੁਗਤਣਾ ਪੈਂਦਾ ਹੈ। ਹੁਣ ਇੱਥੇ ਹੋ ਕੀ ਰਿਹਾ ਤੁਹਾਨੂੰ ਸਮਝਾਉਂਦੇ ਹਾਂ। ਦਰਅਸਲ ਇੱਕ ਨਿੱਜੀ ਚੈਨਲ ਦੇ ਵੱਲੋਂ ਹੁਕਮਨਾਮਾ ਸਾਹਿਬ ਸਭ ਤੋਂ ਪਹਿਲਾਂ ਆਪਣੇ ਯੂਟਿਊਬ ਚੈਨਲ ਅਤੇ ਪੋਰਟਲ ਦੇ ਉੱਤੇ ਪ੍ਰਸਾਰਿਤ ਕੀਤਾ ਜਾਂਦਾ ਹੈ, ਪਰ ਬਾਅਦ ਦੇ ਵਿੱਚ ਜਦੋਂ ਉਸ ਹੁਕਮਨਾਮਾ ਸਾਹਿਬ ਨੂੰ ਕੋਈ ਹੋਰ ਆਪਣੇ ਯੂਟਿਊਬ ਚੈਨਲ ਦੇ ਉੱਤੇ ਅਪਲੋਡ ਕਰਦਾ ਹੈ ਤਾਂ ਉਸ ਚੈਨਲ ਦੇ ਉੱਤੇ ਉਸ ਨਿੱਜੀ ਚੈਨਲ ਦੇ ਵੱਲੋਂ ਸਟ੍ਰਾਈਕ ਦਿੱਤੀ ਜਾਂਦੀ ਹੈ ਅਤੇ ਰੌਲਾ ਇਸੇ ਗੱਲ ਤੋਂ ਵੱਧ ਹੈ। ਪਰ ਜਦੋਂ ਉਸ ਚੈਨਲ ਦੇ ਨਾਲ ਰਾਬਤਾ ਬਣਾ ਕੇ ਗੱਲਬਾਤ ਵੀ ਕੀਤੀ ਜਾਂਦੀ ਹੈ ਤਾਂ ਉਸ ਚੈਨਲ ਦੇ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਇਸ ਕੰਟੈਂਟ ਦੇ ਉੱਤੇ ਸਾਡਾ ਕਾਪੀਰਾਈਟ ਹੈ। ਹੁਣ ਸਵਾਲ ਇਹ ਉੱਠਦੇ ਨੇ ਕਿ ਕੀ ਹੁਕਮਨਾਮਾ ਸਾਹਿਬ ਦੇ ਉੱਤੇ ਇਸ ਤਰ੍ਹਾਂ ਕਾਪੀਰਾਈਟ ਕਲੇਮ ਕੀਤਾ ਜਾ ਸਕਦਾ ਹੈ? ਕੀ ਗੁਰਬਾਣੀ ਕਿਸੇ ਦੇ ਨਿੱਜੀ ਅਧਿਕਾਰ ਖੇਤਰ ਦੇ ਅੰਦਰ ਆਉਂਦੀ ਹੈ? ਦੂਜੇ ਮਾਇਨਿਆਂ ਦੇ ਵਿੱਚ ਵੇਖਿਆ ਜਾਵੇ ਤਾਂ ਇਹ ਸਰਾਸਰ ਗੁਰਬਾਣੀ ਦੀ ਬੇਅਦਬੀ ਵੀ ਹੈ, ਜਿਸ ਨੂੰ ਕਿ ਨਿੱਜੀ ਸਵਾਰਥ ਦੇ ਲਈ ਵਰਤਿਆ ਜਾ ਰਿਹਾ ਹੈ। ਬਿਊਰੋ ਰਿਪੋਰਟ, ਪਹਿਰੇਦਾਰ ਟੀਵੀ।